ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਪੰਜਾਬੀ ਤੁਰਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਕ੍ਰਿਸ਼ਨ ਆਮਲੇ ਵਿੱਚ ਆਇਰਨ ਵਿਟਾਮਿਨ ਏ ਬੀ ਕੈਲਸ਼ੀਅਮ ਫਾਈਬਰ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਅੱਖਾਂ ਲਈ ਵੀ ਬਹੁਤ ਵਧੀਆ ਹੈ ਆਮਲਾ ਪੇਟ ਵਾਸਤੇ ਵੀ ਬਹੁਤ ਵਧੀਆ ਕਿਸੇ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਹੋਵੇ ਉਹ ਵੀ ਠੀਕ ਹੋ ਜਾਂਦਾ ਸ਼ੂਗਰ ਵਾਲੇ ਵੀ ਆਮਲਾ ਖਾ ਸਕਦੇ ਹਨ ਕਈ ਤਰ੍ਹਾਂ ਖਾਇਆ ਜਾ ਸਕਦਾ ਆਮਲੇ ਵਿੱਚ ਕਈ ਤਰ੍ਹਾਂ ਦੇ ਮਿਨਰਲ ਪਾਏ ਜਾਂਦੇ ਹਨ ਆਮਲਾ ਮੋਟਾਪੇ ਨੂੰ ਵੀ ਘਟਾਉਂਦਾ ਹੈ ਹਾਰਟ ਦੇ ਪੇਸ਼ੈਂਟ ਵਾਸਤੇ ਵੀ ਬਹੁਤ ਵਧੀਆ ਹੈ ਆਮਲਾ ਅਸੀਂ ਇਸ ਨੂੰ ਸ਼ਹਿਦ ਵਿੱਚ ਖੰਡ ਵਿੱਚ ਅਤੇ ਗੁੜ ਵਿੱਚ ਇਸ ਦਾ ਮੁਰੱਬਾ ਪਾ ਸਕਦੇ ਅਸੀਂ ਗੁੜ ਵਿੱਚ ਕਈ ਵਾਰੀ ਪਾਇਆ YouTube ਤੇ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਗੁੜ ਸਾਡਾ ਘੋਲ ਕੇ ਤਿਆਰ ਹੈ ਗੁੜ ਜਿੰਨਾ ਪੁਰਾਣਾ ਹੋਵੇ ਉਨਾ ਦਵਾਈ ਦਾ ਕੰਮ ਕਰਦਾ ਸਾਰੇ ਆਮਲੇ ਹੁਣ ਪਤੀਲੇ ਚ ਪਾਲੇ ਅਸੀਂ ਪਤੀਲੇ ਚ ਪਾ ਤੇ ਹੁਣ ਇਸ ਨੂੰ ਮਿਕਸ ਨੂੰ ਤੁਸੀਂ ਕੱਚ ਦੇ ਬਰਤਨ ਚ ਵੀ ਪਾ ਸਮਲਾ ਵਾਲਾਂ ਵਾਸਤੇ ਵੀ ਫਾਇਦੇਮੰਦ ਅਸੀਂ 5 ਮਿੰਟ ਇਸ ਨੂੰ ਉੱਪਰ ਪਕਾਵਾਂਗੇ 5 ਮਿੰਟ ਹੋ ਗਏ ਗੈਸ ਅਸੀਂ ਬੰਦ ਕਰ ਦਿਆਂਗੇ ਠੰਡਾ ਹੋ ਜਾਏਗਾ ਤਾਂ ਅਗਲੇ ਜਾਲ ਵਿੱਚ ਪਾ ਦਾਂਗੇ ਬਾਕੀ ਅਸੀਂ ਅਗਲੀ ਵੀਡੀਓ ਚ ਦੱਸਾਂਗੇ ਤੇ ਫਾਇਦੇ ਓਕੇ ਬਾਏ ਟੇਕ ਕੇਅਰ ਸਸੀ